मन पीवे सुन शब्द विचार चिम चिम बरसे अमृत धार। देश देश विच बैठियां सारियां संगतां नूं गुरप्रीत सिंह वल्लों जी आयां नूं प्रोग्राम अमृत धारा दे अज दे इस विशेष प्रोग्राम दे विच, जिवें कि आपां जाणदे हां कि 6 जनवरी एक इतिहासिक दिहाड़ा बन चुका है। श्री अकाल तख्त साहिब श्री दरबार साहिब जी की अजमत नूं लैके जो कौम दे सूरबीरां ने अणख दिखाई, उन्हां दा शहीदी दिहाड़ा भाई सतवंत सिंह जी भाई केहर सिंह जी, सो इस नूं लैके क्योंकि जो गाथा आरंभ हुई वो श्री अकाल तख्त साहब तो हुई, सो अज साडे नाल श्री अकाल तख्त साहब जी दे हैड ग्रंथी साहब सिंह साहब ज्ञानी मलकीत सिंह जी मौजूद ने। सिंह साहब जी आप जी का स्वागत करते हैं प्रोग्राम अमृत धारा दे विच। सब तो पहले तो फतेह अर्ज करते हैं जी, वाहेगुरु जी का खालसा वाहेगुरु जी की फतेह। सो सिंह साहब जी, क्योंकि सिख कौम दे विच शहीदी दिहाड़े योध्या दे अक्सर आप मनाने वो तो सानू प्रेरणा मिलती है, तो ये जो 6 जनवरी का दिहाड़ा है ये प्रथाए असं चाहवे कि कुछ विचार, क्योंकि साडा धुरा है श्री दरबार साहब, साडा सब तो सर्व उच्च तखत श्री अकाल तख्त साहब, सो उस दे नाल जुड़िया होया सारा प्रकरण, उहदे विच किस ढंग दे नाल ये जिहड़ी अगों घटना वापरती है ते किवें शहादत होई, उस प्रथाए आपां इतिहास साहब जी पासों सरवण करांगे जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਨੂੰ ਅਤੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਜਿਹੜਾ ਤੁਹਾਡੇ ਵੱਲੋਂ ਇਹ ਅੰਮ੍ਰਿਤ ਧਾਰਾ ਪ੍ਰੋਗਰਾਮ ਫਤਿਹ ਚੈਨਲ ਦੇ ਉੱਤੇ ਆਰੰਭ ਹੋਣ ਜਾ ਰਿਹਾ ਹੈ, ਅੱਜ ਦੇ ਇਸ ਦਿਹਾੜੇ ਤੋਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ ਕਿ ਪਹਿਲਾਂ ਵੀ ਤੁਸੀਂ ਗੁਰੂ ਕੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਦੇ ਹੋ, ਅਤੇ ਫਤਿਹ ਚੈਨਲ ਦਾ ਵੀ ਬਹੁਤ ਵੱਡਾ ਇੱਕ ਪਰ ਉਪਕਾਰ ਕਹਿ ਲਈਏ ਕਿ ਸਤਿਗੁਰੂ ਸਾਹਿਬ ਜੀ ਇਹਨਾਂ ਤੋਂ ਸੇਵਾ ਲੈ ਰਹੇ। ਅਤੇ ਤੁਸੀਂ ਗੱਲ ਕਰ ਰਹੇ ਸੀ ਕਿ ਅਮਰ ਸ਼ਹੀਦ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ, ਕਿਉਂਕਿ ਭਾਵੇਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਤੱਤੀਆਂ ਤਵੀਆਂ 'ਤੇ ਬੈਠੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮੇਂ ਦੀ ਹਕੂਮਤ ਨੇ ਯਾਸ਼ਾ ਦੇ ਕਾਨੂੰਨ ਦੇ ਅਨੁਸਾਰ ਸ਼ਹੀਦ ਕੀਤਾ। ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬੜੇ ਸ਼ਾਂਤ ਚਿੱਤ ਅਡੋਲ ਰਹਿ ਕੇ ਸ਼ਬਦ ਗੁਰੂ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਨਾ ਕੀਤਾ। ਇੱਥੇ ਆ ਕੇ ਕਈ ਵਾਰੀ ਦੁਬਿਧਾ ਬਣ ਜਾਂਦੀ ਹੈ ਕਿ ਸਿੱਖ ਜਿਹੜੇ ਨੇ ਉਹ ਭਾਵੇਂ ਕਿ ਇੱਕ ਵੱਖਰੀ ਕੌਮ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਸਿੱਖ ਤੋਂ ਸਿੰਘ ਦਾ ਸਫ਼ਰ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੰਪੂਰਨ ਖਾਲਸਾ ਸਾਜਿਆ, ਸੰਪੂਰਨ ਸਿੰਘ ਬਣਾਇਆ, ਪੰਚਮ ਪਾਤਸ਼ਾਹ ਮਹਾਰਾਜ ਨੂੰ ਵੀ ਸ਼ਹੀਦ ਕੀਤਾ, ਅਤੇ ਸਮੇਂ ਦੀ ਹਕੂਮਤ ਨੇ ਉਹਨਾਂ ਨੂੰ ਸੱਚ 'ਤੇ ਪਹਿਰਾ ਦੇਣ ਕਰਕੇ, ਸੱਚਾਈ 'ਤੇ ਚੱਲਣ ਕਰਕੇ, ਕਿਉਂਕਿ ਇਹਨਾਂ ਲੋਕਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੋਂ ਲੈ ਕੇ ਸੱਚਾਈ ਚੰਗੀ ਨਹੀਂ ਲੱਗਦੀ, ਭਾਵੇਂ ਕਿ ਕਿਸੇ ਵੀ ਧਰਮ ਦੇ ਵਿੱਚ, ਭਾਵੇਂ ਕੋਈ ਮੁਸਲਮਾਨ ਧਰਮ ਹੈ, ਸਿੱਖ ਧਰਮ ਹੈ, ਈਸਾਈ, ਜੈਨੀ, ਬੋਧੀ, ਸਿੱਖ ਧਰਮ ਹੈ, ਇਹਨਾਂ ਸਾਰਿਆਂ ਧਰਮਾਂ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਇਹ ਵੱਖ ਵੱਖ ਤਰ੍ਹਾਂ ਦੇ ਲੋਕ ਹੁੰਦੇ ਨੇ, ਕੁਝ ਮਾੜੀ ਬਿਰਤੀ ਦੇ ਲੋਕ ਜਿਹੜੇ ਧਰਮ ਦੇ ਮਾਰਗ 'ਤੇ ਚੱਲਣ ਵਾਲਿਆਂ ਨੂੰ ਗਾਹੇ ਬਗਾਏ ਇੱਕ ਵੱਖਰੀ ਨਿਗਾਹ ਨਾਲ ਵੇਖਦੇ ਨੇ, ਇਹ ਦਬਾਉਣਾ ਚਾਹੁੰਦੇ ਨੇ। ਉਸੇ ਲੜੀ ਦੇ ਤਹਿਤ ਪੰਚਮ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਅਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਸ਼ਹਾਦਤ ਦੇਣ ਜਾਣ ਦੇ ਸਮੇਂ ਆਪਣੇ ਪਿਆਰੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਬਿਧੀ ਚੰਦ ਜੀ, ਜਿੰਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹਰਮਨ ਪਿਆਰੇ ਸਿੱਖ ਸਨ,
ਉਹਨਾਂ ਨੂੰ ਆਪਣੇ ਬਰਖੁਰਦਾਰ ਸਾਹਿਬਜ਼ਾਦੇ ਜਿਨ੍ਹਾਂ ਨੂੰ ਅਸੀਂ ਉਸ ਸਮੇਂ ਬਾਲ ਸ਼੍ਰੀ ਗੁਰੂ ਸ਼੍ਰੀ ਹਰਗੋਬਿੰਦ ਰਾਏ ਸ਼੍ਰੀ ਹਰਗੋਬਿੰਦ ਸਾਹਿਬ ਕਹਿ ਸਕਦੇ ਹਾਂ ਅਤੇ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਗਏ। ਬਿਲਕੁਲ ਬਾਲ ਰੂਪ ਦੇ ਵਿੱਚ ਹੀ ਸੰਗਤ ਜੀ, ਆਪਾਂ ਇਤਿਹਾਸ ਦੇ ਵਿੱਚ ਇਸ ਗੱਲ ਦੇ ਉੱਤੇ ਆਮ ਤੌਰ 'ਤੇ ਸਾਨੂੰ ਜ਼ਿਆਦਾ ਜਾਣਕਾਰੀ ਕਿ 9 ਸਾਲ ਦੀ ਆਰਜ਼ਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੋਬਿੰਦ ਰਾਏ ਜੀ ਦੇ ਰੂਪ ਦੇ ਵਿੱਚ ਗੁਰਤਾ ਗੱਦੀ ਸੰਭਾਲੀ। ਪਰ ਇਸ ਗੱਲ ਦਾ ਜ਼ਿਆਦਾ ਸੰਗਤਾਂ ਨੂੰ ਜਾਣਕਾਰੀ ਨਹੀਂ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਦ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਹਨਾਂ ਦੀ ਉਮਰ ਵੀ ਕਰੀਬ 11 ਸਾਲ ਦੇ ਕਰੀਬ ਸੀ। ਸੋ ਛੋਟੀ ਉਮਰ ਦੇ ਵਿੱਚ, ਸੋ 3 ਗੁਰੂ ਸਾਹਿਬਾਨ ਦਾ ਆਪਾਂ ਇੱਥੇ ਇਤਿਹਾਸ ਦੇ ਨਾਲ ਥੋੜ੍ਹਾ ਜਿਹਾ ਹਵਾਲਾ ਜ਼ਰੂਰ ਲੈਂਦੇ ਚੱਲੀਏ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਛੋਟੀ ਉਮਰ ਦੇ ਵਿੱਚ ਇਹ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਨੇ ਸੰਭਾਲੀਆਂ ਅਤੇ ਅਗਵਾਈ ਕੀਤੀ। ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਨੂੰ ਵੇਖਦੇ ਹਾਂ, ਪੰਚਮ ਪਾਤਸ਼ਾਹ ਮਹਾਰਾਜ ਨੇ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਮੁਖ ਦੀ ਗੁਰਮਤ ਦੀ ਵਿੱਦਿਆ, ਗੁਰਮੁਖੀ ਦੀ ਵਿੱਦਿਆ, ਸ਼ਸਤਰ ਵਿੱਦਿਆ, ਘੋੜ ਸਵਾਰ, ਨੇਜਾਬਾਜ਼ੀ ਅਤੇ ਆਦਿ ਕੇ ਸਾਰੇ ਕਲਾ ਦੇ ਵਿੱਚ ਸੰਪੂਰਨ ਜਿਹੜੀ ਸੀ ਵਿੱਦਿਆ ਉਹ ਬਖਸ਼ਿਸ਼ ਕੀਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ, ਕਿਉਂਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਤੋਂ ਪਹਿਲਾਂ ਪਤਾ ਸੀ ਉਹਨਾਂ ਨੇ ਆਪਣੇ ਬਰਖੁਰਦਾਰ ਸਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੰਪੂਰਨ ਕਰ ਦਿੱਤਾ ਸੀ। ਅਤੇ ਵੈਸੇ ਵੀ ਉਹ ਸਿਹਤ ਦੇ ਤੌਰ 'ਤੇ ਵੀ ਇਤਿਹਾਸ ਕਹਿੰਦਾ ਹੈ ਕਿ 125 ਕਿਲੋ ਦੇ ਦਰਮਿਆਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਵਜ਼ਨ ਸੀ। ਅਤੇ ਜਦੋਂ ਸਤਿਗੁਰੂ ਸਾਹਿਬ ਜੀ ਚੱਲਦੇ ਤਾਂ 2 ਘੋੜੇ ਜਿਹੜੇ ਆ ਉਹ ਉਹਨਾਂ 'ਤੇ ਵੱਖ ਵੱਖ ਸਵਾਰ ਹੋਣਾ ਪੈਂਦਾ ਸੀ, ਕਈ ਵਾਰੀ ਤੀਸਰਾ ਘੋੜਾ ਵੀ ਬਦਲਣਾ ਪੈਂਦਾ ਸੀ। ਤਾਂ ਹੀ ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦੇ ਸੰਬੰਧ ਵਿੱਚ ਕਿਹਾ ਕਿ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਉਹ 11 ਸਾਲ ਦੀ ਉਮਰ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਜੁੰਮੇ ਗੁਰਤਾ ਗੱਦੀ ਦਾ ਬਚਨ ਦੱਸ ਕੇ ਗਏ। ਅਤੇ ਉਹਨਾਂ ਨੇ ਉਹ ਮੀਰੀ ਪੀਰੀ ਦਾ ਜਿਹੜਾ ਸਥਾਨ ਜਿਹਨੂੰ ਅੱਜ ਆਪਾਂ ਨਤਮਸਤਕ ਹੁੰਦੇ ਹਾਂ, ਜਿਹਦੇ ਕਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਮੁੱਚੀ ਬਾਣੀ ਇਕੱਤਰ ਕਰਕੇ ਆਰਾਮਸਰ ਸਾਹਿਬ ਦੇ ਉਸ ਸਥਾਨ ਦੇ ਉੱਤੇ ਪਾਵਨ ਸਰੂਪ ਤਿਆਰ ਕੀਤਾ, ਬੀੜ ਬੱਧੀ ਪੋਥੀ ਪਰਮੇਸ਼ਰ ਕਾ ਥਾਨ, ਅਤੇ ਜਿਨ੍ਹਾਂ ਦੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਲਾ ਕੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਅਤੇ ਉਸ ਵੇਲੇ ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਸੂਹੀ ਮਹੱਲਾ 4 ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਰਾ ਦਿਨ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਅਤੇ ਸ਼ਾਮ ਨੂੰ ਜਦੋਂ ਸੁੱਖ ਆਸਣ ਦਾ ਸਮਾਪਤੀ ਦਾ ਸਮਾਂ ਹੋਇਆ ਅਤੇ ਜਿਸ ਸਥਾਨ 'ਤੇ ਅੱਜ ਕੋਠਾ ਸਾਹਿਬ ਹੈ, ਜਿੱਥੇ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਹੋਣ ਵਾਸਤੇ ਸਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਜਾਂਦਾ ਹੈ, ਉਹ ਕੋਠਾ ਜਿਹੜਾ ਸੀ ਉੱਥੇ ਉਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਆਪ ਵਿਸ਼ਰਾਮ ਕਰਿਆ ਕਰਦੇ ਸਨ। ਅਤੇ ਉਸੇ ਦਿਨ ਤੋਂ ਉਸ ਪਲੰਘੇ ਦੇ ਉੱਤੇ ਸੁੰਦਰ ਸੋਹਣੀ ਵਿਛਾਈ ਕਰਕੇ ਅਤੇ ਉਹ ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਉਹ ਪਾਵਨ ਸਰੂਪ ਜਿਹੜਾ ਸੀ ਉਹ ਸੁਭਾਏਮਾਨ ਕਰ ਦਿੱਤਾ। ਉਸ ਦਿਨ ਤੋਂ ਪੰਚਮ ਪਾਤਸ਼ਾਹ ਮਹਾਰਾਜ ਨੇ ਉਸ ਪਲੰਘੇ ਦੇ ਨੀਚੇ ਆਰਾਮ ਕਰਨਾ, ਵਿਸ਼ਰਾਮ ਕਰਨਾ ਆਰੰਭ ਕਰ ਦਿੱਤਾ। ਹੁਣ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਵਾਸਤੇ ਇਹ ਜਿਹੜੀ ਬਾਣੀ ਹੈ ਇਹ ਗੁਰੂ ਕੇ ਸਿੱਖਾਂ ਵਾਸਤੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਧੁਰਕੀ ਬਾਣੀ ਆਈ, 3 ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਖਤਮ ਕਰਨ ਵਾਲੀ ਹੈ, ਮੁਰਦਾ ਰੂਹਾਂ ਨੂੰ ਜ਼ਿੰਦਾ ਕਰਨ ਵਾਲੀ ਹੈ, ਮ੍ਰਿਤਕ ਕਉ ਜੀਵਾਲਣ ਹਾਰ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਅਤੇ ਉਸ ਗੁਰਬਾਣੀ ਦਾ ਜਿੱਥੇ ਨਿਤਾ ਪ੍ਰਤੀ ਪ੍ਰਵਾਹ ਚੱਲਦਾ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ, ਅਤੇ ਉਹ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹ ਉਸ ਸਥਾਨ ਦੇ ਉੱਤੇ ਸੱਜੇ, ਅਤੇ ਉਹਨਾਂ ਨੇ ਮਨ ਦੇ ਵਿੱਚ ਸੰਕਲਪ ਲਿਆ, ਕਿਉਂਕਿ ਪੰਚਮ ਪਾਤਸ਼ਾਹ ਮਹਾਰਾਜ ਦੇ ਅੰਦਰ ਦੀ ਭਾਵਨਾ ਸੀ ਕਿ ਜਿੱਥੇ ਇਹ ਸਿੱਖ ਸੂਰਬੀਰ ਯੋਧੇ ਜਾਂ ਸਿੱਖ ਸੰਗਤਾਂ ਨੂੰ
ਅੰਦਰ ਦੀ ਅਧਿਆਤਮਕ ਜਿਹੜੀ ਬਖਸ਼ਿਸ਼ ਹੈ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ, ਪਰ ਜਿਹੜੀ ਰਾਜਸੀ ਤਾਕਤ ਆ ਉਹ ਬਾਹਰੋਂ ਜਾ ਕੇ ਪ੍ਰਾਪਤ ਕਰਨੀ ਪੈਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਪੀਰੀ ਅਤੇ ਮੀਰੀ ਦੀਆਂ ਦੋ ਸ੍ਰੀ ਸਾਹਿਬਾਂ ਵੀ ਪਹਿਨੀਆਂ, ਉਹ ਪਾਵਨ ਪਵਿੱਤਰ ਤਖ਼ਤ ਤਿਆਰ ਕੀਤਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਪਾਵਨ ਤਖ਼ਤ ਤਿਆਰ ਕਰਨ ਦੇ ਸਮੇਂ ਕੋਈ ਬਹੁਤੇ ਰਾਜ ਮਿਸਤਰੀ ਨਹੀਂ ਲਾਏ, ਕੋਈ ਬਹੁਤੇ ਲੋਕਾਂ ਨੂੰ ਨਹੀਂ ਬੁਲਾਇਆ, ਕਿਉਂਕਿ ਅਕਸਰ ਕੋਈ ਬਿਲਡਿੰਗ ਤਿਆਰ ਕਰਦੇ ਆ ਭਾਵੇਂ ਪੁਰਾਤਨ ਸਮਾਂ ਸੀ ਅੱਜ ਸੀ ਅਤੇ ਲੋਕ ਹੱਥੋਂ ਹੱਥੀ ਕਰਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਾਵਨ ਪਵਿੱਤਰ ਸਥਾਨ ਦੀ ਨੀਂਹ ਜਿਹੜੀ ਸੀ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲਾ ਕੇ ਇਤਿਹਾਸ ਕਹਿੰਦਾ ਹੈ ਕਿ ਕਿਸੇ ਹੀ ਰਾਜ ਨਹੇ ਹਾਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬੜੀ ਵੱਡੀ ਗੱਲ ਗੁਰੂ ਸਾਹਿਬ ਜੀ ਨੇ, ਵੇਖੋ ਅਕਾਲ ਦਾ ਤਖ਼ਤ, ਕਿਉਂਕਿ ਦੁਨੀਆ 'ਤੇ ਬਹੁਤ ਸਾਰੇ ਤਖ਼ਤ ਮੌਜੂਦ ਸੀ ਉਸ ਵੇਲੇ, ਦਿੱਲੀ ਦੇ ਤਖ਼ਤ ਜ਼ਿਆਦਾ ਕੁਛ ਕਰ ਰਿਹਾ ਸੀ, ਜਿਵੇਂ ਹੁਣ ਸਿੰਘ ਸਾਹਿਬ ਜੀ ਨੇ ਸਾਨੂੰ ਇਤਿਹਾਸ ਦੀ ਜਾਣਕਾਰੀ ਵੀ ਦਿੱਤੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ ਇਹ ਸਮਾਂ ਇਵੇਂ ਦਾ ਆਇਆ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅਤੇ ਇਸ ਨੂੰ ਇੰਨਾ ਪਾਕ ਪਵਿੱਤਰ ਦੋ ਬ੍ਰਹਮ ਗਿਆਨੀ ਅਤੇ ਤੀਸਰੇ ਗੁਰੂ ਸਾਹਿਬ ਜੀ ਆਪ ਉਹਨਾਂ ਨੇ ਮਿਲ ਕਰਕੇ ਇਸ ਤਖ਼ਤ ਦੀ ਉਸਾਰੀ ਕੀਤੀ, ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸਿਰਮੌਰ ਤਖ਼ਤ, ਉਸ ਤਖ਼ਤ ਦੀ ਗੱਲ ਜਿੱਥੇ ਚੱਲਦੀ ਹੈ ਉੱਥੇ ਨਾਲ ਹੀ ਨਾਲ ਜਿਹੜਾ 6 ਜਨਵਰੀ ਦੀ ਗੱਲ ਉੱਥੇ ਵੀ ਆਪਾਂ ਪਹੁੰਚਾਂਗੇ। ਪਰ ਸਿੰਘ ਸਾਹਿਬ ਜੀ ਆਪ ਜੀ ਜੋ ਵਿਚਾਰ ਸਾਂਝੇ ਕਰ ਰਹੇ ਸੀ, ਮੈਂ ਥੋੜ੍ਹਾ ਜਿਹਾ ਇਹ ਵਿਸ਼ੇ ਤੋਂ ਥੋੜ੍ਹਾ ਸਾਈਡ 'ਤੇ ਜਾਂਦਾ ਹੋਵਾਂ, ਪਰ ਜੋ ਸਤਿਕਾਰ ਕਰਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਅਰਜਨ ਸਾਹਿਬ ਜੀ ਸਿਖਾ ਗਏ ਨੇ, ਮੈਨੂੰ ਲੱਗਦਾ ਕਿ ਸਾਡਾ ਰੋਮ ਰੋਮ ਉਸ ਸਤਿਕਾਰ ਦੇ ਵਿੱਚ ਹਰਦਮ ਵਿਸ਼ਿਆ ਰਹਿਣਾ ਚਾਹੀਦਾ। ਬਿਲਕੁਲ, ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਅੱਜ ਕੱਲ੍ਹ ਉੱਠ ਰਹੀਆਂ ਨੇ, ਪਹਿਲਾਂ ਤਾਂ ਆਪਾਂ ਸ਼ੰਕਾ ਹੀ ਜ਼ਾਹਰ ਕਰਦੇ ਸੀ ਕਿ ਕੁਝ ਲੋਕ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵੀ ਕਿੰਤੂ ਪਰੰਤੂ ਕਰਨ, ਪਰ ਹੁਣ ਉਹ ਕਰਨ ਵੀ ਲੱਗ ਪਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਧਿਅਮ ਦੱਸਣਾ ਸ਼ੁਰੂ ਕਰ ਦਿੱਤਾ ਕੁਝ ਲੋਕਾਂ ਨੇ, ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਆਪਾਂ ਸ਼ਰਧਾਲੂ ਸਿੱਖ ਹਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਸ ਸਾਜਿਸ਼ ਨੂੰ ਨਾਕਾਮ ਕਰਨ ਦੀਏ, ਐਸੇ ਲੋਕਾਂ ਦੇ ਨਾਲ ਅਸੀਂ ਆਪਣਾ ਵੋਹ ਵਾਸਤਾ ਖਤਮ ਕਰੀਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹੀ ਸ਼ੰਕਾ ਪੈਦਾ ਕਰ ਰਹੇ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਹੋਰ ਕੀ ਕਰਨਾ। ਬਿਲਕੁਲ ਜੀ, ਬਿਲਕੁਲ, ਇਹ ਤਾਂ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਜੀ ਜਾਨ ਦੇ ਨਾਲ ਉਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ ਅਤੇ ਸਾਨੂੰ ਇਸੇ ਕਰਕੇ ਉਹ ਮਾਰਗ ਜਿਹੜਾ ਸਾਨੂੰ ਦੱਸਿਆ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਨ ਉਹ ਜਦੋਂ ਗੁਰਤਾ ਗੱਦੀ 'ਤੇ ਬੈਠੇ 6ਵੇਂ ਪਾਤਸ਼ਾਹ, ਨਾਲ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਉਹ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਜਿਹੜੀਆਂ ਅੱਜ ਵੀ ਅਕਾਲ ਤਖ਼ਤ ਸਾਹਿਬ 'ਤੇ ਮੌਜੂਦ ਹੈ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ, ਕਿਉਂਕਿ ਕਈ ਵਾਰੀ ਸੰਗਤਾਂ ਵਿੱਚ ਹੁੰਦਾ ਕਿ ਪਤਾ ਨਹੀਂ ਸ਼ਸਤਰ ਕਿ ਦਰਸ਼ਨ ਹੁੰਦੇ ਨਹੀਂ ਹੁੰਦੇ, ਉਹ ਹਰ ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਦਰਸ਼ਨ ਕਰਵਾਏ ਜਾਂਦੇ, ਹੋਰ ਵੀ ਬੇਅੰਤ ਸ਼ਸਤਰ ਨੇ, ਮੈਂ ਥੋੜ੍ਹਾ ਅੱਗੇ ਜਾ ਕੇ ਵਿਸਤਾਰ ਨਾਲ ਗੱਲ ਕਰਾਂਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਜਿਹੜੀ ਆਮ ਦੁਨੀਆ ਦੀ ਜ਼ਮੀਰ ਮਰ ਚੁੱਕੀ ਹੈ, ਲੋਕਾਂ ਦੇ ਅੰਦਰ ਜਿਹੜਾ ਉਹ ਸਾਹ ਸੱਤ ਨਹੀਂ ਹੈਗਾ, ਭਾਵੇਂ ਲੋਕ ਸੰਸਾਰ ਦੇ ਉੱਤੇ ਤੁਰੇ ਫਿਰਦੇ ਨੇ, ਪਰ ਉਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਵਾ ਉਹ ਅਕਸਰ ਹੀ ਜਿਹੜੇ ਉਹ ਰੱਬ ਦੇ ਪਿਆਰੇ ਇਹ ਗੱਲ ਕਹਿੰਦੇ ਨੇ ਕਿ ਜ਼ਮੀਰ ਦਾ ਮਰ ਜਾਣਾ ਜਿਹੜਾ ਉਹ ਮੌਤ ਆ, ਸਰੀਰ ਦਾ ਮਰ ਜਾਣਾ ਕਿ ਮਤਲਬ ਜਿਹੜਾ ਉਹ ਤਾਂ ਆਮ ਗੱਲ ਹੈ, ਇਕੱਲੀ ਉਹ ਤਾਂ ਕੋਈ ਵੀ। ਅਤੇ ਇਹੀ ਗੱਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਕਿਹਾ ਕਰਦੇ ਸਨ। ਸੋ ਕਹਿਣ ਤੋਂ ਮੁਰਾਦ ਹੈ ਕਿ 6ਵੇਂ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਨਾਥਮਲ ਅਤੇ ਅਬਦੁਲ ਨਾਂ ਦੇ ਢਾਡੀ ਜਿਹੜੇ ਸਨ, ਕਿਉਂਕਿ ਉਸ ਸਮੇਂ ਵੀ ਜਿਹੜੇ ਢਾਡੀ ਗਾਉਂਦੇ ਸਨ ਢਾਡੀ ਵਾਰਾਂ, ਪਰ ਉਹਨਾਂ ਲੋਕਾਂ ਦੀ ਉਹ ਵੱਡੇ ਰਾਜਿਆਂ ਮਹਾਰਾਜਿਆਂ ਜਾਂ ਮਾਇਆਧਾਰੀਆਂ ਲੋਕਾਂ ਦੀਆਂ ਗੱਲਾਂ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਕਲਾਵੇ ਵਿੱਚ ਲਿਆ, ਪਿਆਰ ਦੇ ਨਾਲ ਗਲ ਨਾਲ ਲਾਇਆ ਅਤੇ ਉਹਨਾਂ ਨੂੰ ਇਹ ਸਮਝਾਉਣਾ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿ ਭਾਈ ਤੁਸੀਂ ਜਿਹਨਾਂ ਲੋਕਾਂ ਦੀ ਗੱਲ ਕਰਦੇ ਹੋ ਇਹਨਾਂ ਨੇ ਤੋੜਨੇ ਨੇ ਬਣਾ ਤੁਹਾਡੇ ਨਾਲ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਅਕਾਲ ਪੁਰਖ ਪਰਮਾਤਮਾ ਦੀ ਉਸਤਤੀ ਕਰੋ। ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਢਾਡੀਆਂ ਦੇ ਅੰਦਰ ਐਸੀ ਰੂਹ ਫੂਕੀ, ਇੰਨਾ ਪਿਆਰ ਦਿੱਤਾ ਕਿ ਉਹਨਾਂ 'ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਪੱਗ ਤੇਰੀ ਕੀ ਜਹਾਂਗੀਰ ਦੀ, ਕਿਉਂਕਿ ਦਸਤਾਰ ਜਿਹੜੀ ਸਿੱਖ ਦੀ ਸ਼ਾਨ ਹੈ, ਭਾਵੇਂ ਕਿ ਸਾਰੇ ਧਰਮਾਂ ਦੇ ਲੋਕ ਦਸਤਾਰ ਸਜਾਉਂਦੇ ਨੇ, ਕੁਝ ਲੋਕ ਛੱਡ ਗਏ ਨੇ ਵਿਆਹਾਂ ਸ਼ਾਦੀਆਂ 'ਤੇ, ਅੱਜ ਹਿੰਦੂ ਵੀਰ ਵੀ ਭਾਵੇਂ ਉਹ ਕਿ ਆਰਟੀਫਿਸ਼ਲ ਕਹਿ ਲਓ ਮੁਕਟ ਲੈ ਕੇ ਪਾਉਂਦੇ ਨੇ ਸਿਰ 'ਤੇ ਟੋਪੀ ਵਰਗਾ, ਮੁਸਲਮਾਨ ਵੀ ਪਾਉਂਦੇ ਨੇ, ਪਰ ਇਹ ਦਸਤਾਰ ਸਾਡੇ ਪੁਰਖਿਆਂ ਦੀ ਨਿਸ਼ਾਨੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਸਤਾਰ ਨੂੰ ਉਹਨਾਂ ਨੇ ਬਹੁਤ ਵੱਡਾ ਜਿਹੜਾ ਕਿ ਉੱਚਾ ਰੁਤਬਾ ਵੀ ਦਿੱਤਾ, ਸਲਾਹਿਆ। ਇਸੇ ਤਰ੍ਹਾਂ ਉਹ ਹੋਰ ਲੋਕਾਂ ਨੂੰ ਜਦੋਂ
ਉਹ ਮਹਾਨ ਯੋਧਿਆਂ ਦੀਆਂ ਵਾਰਾਂ ਗਾ ਕੇ ਸੁਣਾਉਂਦੇ ਅਤੇ ਉਹਨਾਂ ਦੇ ਹਿਰਦੇ ਜਿਹੜੇ ਸੀ ਅੰਦਰੋਂ ਭਰਪੂਰ ਹੋ ਜਾਂਦੇ, ਜੋਸ਼ ਭਰ ਜਾਂਦਾ ਅਤੇ ਉਹ ਲੋਕ ਜਿਹੜੇ ਸੀ ਮਰਨ ਮਾਰਨ ਵਾਸਤੇ ਤਿਆਰ ਹੋ ਜਾਂਦੇ ਕਿ ਦੁਸ਼ਮਣ ਜਿਹੜਾ ਸਾਨੂੰ ਦਿਸਣਾ ਚਾਹੀਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਾਵਨ ਪਵਿੱਤਰ ਤਖ਼ਤ ਤੋਂ ਹੁਕਮਨਾਮੇ ਸੰਗਤਾਂ ਦੇ ਨਾਮ ਸੰਦੇਸ਼ ਜਾਰੀ ਕੀਤੇ ਕਿ ਜਿਵੇਂ ਪਹਿਲਾਂ ਤੋਂ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਹਰ ਧਰਮ ਦੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਦੇ ਸਨ, ਉਹਨਾਂ ਦਾ ਸੰਗ ਮਾਣਦੇ ਸਨ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਕਿਰਪਾ ਕੀਤੀ ਨੇ ਕਿ ਅਵਲ ਅਲਹਿ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਕਿ ਸਾਰੇ ਜਿਹੜੇ ਇੱਕ ਨੂਰ ਤੋਂ ਪੈਦਾ ਹੋਏ ਆ, ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਸਾਨੂੰ ਭੇਜਿਆ ਹੈ। ਅਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਅੱਜ ਤੋਂ ਗੁਰੂ ਘਰ ਦੇ ਵਿੱਚ ਜਿਹੜਾ ਸ਼ਰਧਾ ਪਿਆਰ ਵਿਸ਼ਵਾਸ ਰੱਖਦਾ ਹੈ ਉਹ ਆਪਣੇ ਘਰ ਦੇ ਵਿੱਚੋਂ ਚੰਗੇ ਨੌਜਵਾਨ, ਚੰਗੀ ਜਵਾਨੀ, ਚੰਗੀ ਨਸਲ ਦੇ ਘੋੜੇ ਅਤੇ ਚੰਗੇ ਜਿਹੜੇ ਸ਼ਸਤਰ ਆ ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਭੇਟਾ ਕਰਨ। ਬਿਲਕੁਲ, ਇਹ ਗੁਰੂ ਸਾਹਿਬ ਜੀ ਨੇ ਜਿੱਥੇ ਇਹ ਸੰਗਤਾਂ ਨੂੰ ਆਦੇਸ਼ ਦਿੱਤੇ ਸਨ ਉੱਥੇ ਇਹਦੀ ਇੱਕ ਪਿੱਠ ਭੂਮੀ ਦੇ ਵਿੱਚ ਜੇਕਰ ਆਪਾਂ ਤੱਕੀਏ ਤਾਂ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰੂ ਅੰਗਦ ਸਾਹਿਬ ਜੀ ਨੇ ਮੱਲ ਅਖਾੜੇ ਸਥਾਪਿਤ ਕੀਤੇ ਸੀ। ਸਰੀਰਕ ਵਰਜਿਸ਼ਾਂ, ਚੰਗਾ ਸਰੀਰ, ਉਹਦੀ ਪਾਲਣ ਪੋਸ਼ਣਾ ਵਧੀਆ ਕਰਨੀ, ਇਹ ਵੀ ਸਿੱਖੀ ਦਾ ਇੱਕ ਅਨਿੱਖੜਵਾਂ ਅੰਗ ਹੈ। ਜਿੱਥੇ ਅਧਿਆਤਮ ਮੰਡਲ ਦੇ ਵਿੱਚ ਗੁਰਸਿੱਖ ਨੇ ਉੱਚੀਆਂ ਉਡਾਰੀਆਂ ਮਾਰਨੀਆਂ ਨੇ ਉੱਥੇ ਚੰਗਾ ਸਰੀਰ ਸੰਭਾਲ ਕੇ ਰੱਖਣਾ, ਇਹ ਵੀ ਗੁਰੂ ਸਾਹਿਬ ਜੀ ਦੀ ਸਾਡੇ 'ਤੇ ਬੜੀ ਵੱਡੀ ਮੈਂ ਸਮਝਦਾ ਕਿਰਪਾ। ਸਿਹਤ ਸੰਭਾਲ ਦੀ ਜਿਹੜੀ ਬਖਸ਼ਿਸ਼ ਸੀਗੀ ਉਹਨਾਂ ਨੇ ਸਾਡੇ 'ਤੇ ਕੀਤੀ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਹਨਾਂ ਨੇ ਉਹ ਯੋਧੇ ਸੂਰਬੀਰ ਜਿਹੜੇ ਰੱਖੇ ਸੀ ਉਹਨਾਂ ਦੇ ਨਾਲ ਜੰਗ ਵੀ ਕੀਤੇ, ਉਸ ਵੇਲੇ ਸਮੇਂ ਦੀ ਹਕੂਮਤ ਦੇ ਨਾਲ ਲੋਹਾ ਵੀ ਲਿਆ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਜ ਤੋਂ ਹੀ ਝਗੜਾ ਹੋ ਗਿਆ, ਕਿਉਂਕਿ ਜਦੋਂ ਝਗੜਾ ਹੋਣਾ ਹੋਵੇ ਕੋਈ ਨਾ ਕੋਈ ਗੱਲ ਤੋਂ, ਅਤੇ ਭਾਵੇਂ ਪਹਿਦੇ ਖਾਂ ਵਰਗਿਆਂ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲ ਰੱਖ ਕੇ ਅਤੇ ਬੜੇ ਪਿਆਰ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ, ਕਿਉਂਕਿ ਗੁਰੂ ਘਰ ਦੀ ਮਾਣ ਵਡਿਆਈ ਹੈ ਕਿ ਇੱਥੇ ਜਿਹੜਾ ਵੀ ਆਵੇ ਅਤੇ ਚਾਰੇ ਦਰਵਾਜ਼ੇ ਗੁਰੂ ਘਰ ਦੇ ਖੁੱਲ੍ਹੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਨੇ ਵੀ ਅੱਖਾਂ ਵਿਖਾਈਆਂ ਅਤੇ ਜਦੋਂ ਸਮਾਂ ਆਇਆ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਹਨਾਂ ਸੂਰਬੀਰ ਯੋਧਿਆਂ ਨੇ ਦੋ ਹੱਥ ਕਰਕੇ ਵਿਖਾਏ, ਸਮੇਂ ਦੀਆਂ ਹਕੂਮਤਾਂ ਨੂੰ ਜਿਹੜੀ ਸੀ ਉਹ ਹਾਰ ਦਾ ਮੂੰਹ ਵਿਖਾਇਆ। ਕਿਉਂ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜੰਗ ਜਿਹੜੀ ਸੀ ਉਹ ਜ਼ੁਲਮ ਦੇ ਖਿਲਾਫ਼ ਸੀ, ਜਾਬਰ ਦੇ ਨਾਲ ਸੀ। ਉਹਨਾਂ ਦੀ ਜੰਗ ਕੋਈ ਜਰ ਜੋਰੂ ਅਤੇ ਜ਼ਮੀਨ ਵਾਸਤੇ ਨਹੀਂ ਸੀ, ਕਿਉਂਕਿ ਆਮ ਲੋਕਾਂ ਦੀ ਜੰਗ ਜਿਹੜੀ ਹੈ। ਅਤੇ ਇਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਇਹ ਅਕਾਲ ਦਾ ਤਖ਼ਤ ਹੈ, ਇਹਨੂੰ ਭਾਵੇਂ ਢਾਉਣ ਵਾਲੇ ਬੜੇ ਪਹਿਲਾਂ ਆਏ, ਬੜੀ ਵਾਰੀ ਢਾਇਆ, ਬੜੀ ਵਾਰੀ ਬਣਿਆ, ਪਰ ਜਿਹੜਾ ਹੋਇਆ ਹੀ ਅਕਾਲ ਦਾ ਉਹ ਢਹਿ ਨਹੀਂ ਸਕਦਾ। ਕਾਲ ਰੂਪ ਕਾਲ ਨਾਮ ਮੌਤ ਦਾ, ਇਹ ਮੌਤ ਸਾਰਿਆਂ 'ਤੇ ਆਉਣੀ ਆ। ਮਹਾਰਾਜ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਣਾ, ਤੈਂ ਜੀਵਨ ਜੱਗ ਸੱਚ ਕਰ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਾਣਾ ਸਾਰਿਆਂ ਇਸ ਸੰਸਾਰ ਤੋਂ, ਇਹ ਨਹੀਂ ਕਿ ਇੱਥੇ ਕਿਸੇ ਨੇ ਬੈਠੇ ਰਹਿਣਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਪਰ ਜਿਹੜੇ ਕੌਮ ਵਾਸਤੇ ਕੁਝ ਕਰ ਜਾਂਦੇ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਇਤਿਹਾਸ ਦੇ ਪੰਨਿਆਂ 'ਤੇ, ਉਹ ਧਰੂ ਤਾਰੇ ਵਾਂਗ ਚਮਕਦੇ ਨੇ। ਇਸ ਕਰਕੇ ਇਹ ਜਦੋਂ ਅਕਾਲ ਤਖ਼ਤ ਸਾਹਿਬ ਜਿਹੜਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੀ ਜਿੱਥੇ ਨਾਲ ਤਿਆਰੀ ਕੀਤੀ, ਆਪ ਇਹ ਤਖ਼ਤ ਰਚਿਆ ਅਤੇ ਉਸ ਤਖ਼ਤ ਦੇ ਉੱਤੇ ਉਸ ਤੋਂ ਬਾਅਦ ਵਿੱਚ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਉਹ ਜਿਹੜੀ ਬਖਸ਼ਿਸ਼ ਸੀ, ਕਿਉਂਕਿ ਜੇ ਪੰਚਮ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਅਤੇ ਨੌਵੇਂ ਪਾਤਸ਼ਾਹ ਦੇ ਸਮੇਂ ਫਿਰ ਮੁਗਲ ਹਕੂਮਤ ਨੇ ਇਹੋ ਜਿਹਾ ਸਮਾਂ ਬਣਾ ਦਿੱਤਾ, ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਨੇ ਇੱਕ ਮਤਲਬ ਕਹਿ ਲਏ ਕਿ ਬੁਨਿਆਦੀ ਕਰਵਾ ਦਿੱਤੀ, ਢੰਡੋਰਾ ਪਟਵਾ ਦਿੱਤਾ ਕਿ ਜਿੰਨੇ ਵੀ ਸੰਸਾਰ ਦੇ ਵਿੱਚ ਹਿੰਦੂ ਨੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਕਿ ਉਹ ਆਪਣਾ ਧਰਮ ਤਬਦੀਲ ਕਰਕੇ ਇਸਲਾਮ ਧਰਮ ਜਿਹੜਾ ਉਹ ਪ੍ਰਵਾਨ ਕਰ ਲੈਣ, ਉਹ ਮੁਸਲਮਾਨ ਧਰਮ ਦੇ ਵਿੱਚ ਆ ਜਾਣ, ਜਿਹਦੇ 'ਤੇ ਆਪਣੇ ਆਪ ਉਹਨਾਂ ਦਾ ਧਰਮ ਪ੍ਰਵਾਨ ਕਰ ਗਏ ਅਤੇ ਬਾਕੀਆਂ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਨੇ ਕਿ ਉਹਨਾਂ ਦੇ ਜਨੇਊ ਉਤਾਰ ਕੇ ਅਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੇ ਸਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ, ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ, ਅਤੇ ਵਿਸ਼ਵ ਦੀ ਚਾਦਰ ਨੇ ਸਮੁੱਚੇ ਮਨੁੱਖਤਾ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਸਨ। ਅਤੇ ਜਦੋਂ ਉਸ ਵੇਲੇ ਦੇ ਹਿੰਦੂ ਵੀਰਾਂ ਨੇ
ਚਾਰ ਚੁਫੇਰੀ ਨਿਗਾਹ ਮਾਰੀ, ਇੱਕ ਦੂਜੇ ਨੂੰ ਤਰਲਾ ਮਾਰਿਆ, ਕਿਉਂਕਿ ਜਦੋਂ ਸਮਾਂ ਬਣਦਾ ਹੈ ਅਤੇ ਵੱਡੇ ਵੱਡੇ ਲੀਡਰ ਆਗੂ ਜਿਹੜੇ ਉਹ ਸਾਥ ਛੱਡ ਜਾਂਦੇ ਨੇ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਜਦੋਂ ਐਸਾ ਸਮਾਂ ਬਣਦਾ ਹੈ ਨਾ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਓ। ਆਮ ਕਰਕੇ ਕਹਾਵਤ ਵੀ ਹੈ ਵੀ ਦੁੱਖਾਂ ਵੇਲੇ ਸਾਰੀ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਅਤੇ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਉਹ ਜਦੋਂ ਉਹਨਾਂ ਦਾ ਮਾੜਾ ਸਮਾਂ ਆਇਆ, ਉਹਨਾਂ ਦੇ ਲੀਡਰਾਂ ਨੇ ਵੀ ਜਵਾਬ ਦੇ ਦਿੱਤਾ ਅਤੇ ਕਹਿੰਦੇ ਕਿ ਕਿਰਪਾ ਰਾਮ ਪੰਡਿਤ ਜਿਹੜਾ ਸੀ, ਬਾਅਦ ਵਿੱਚ ਉਹਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾਲੂ ਬਣਿਆ ਅਤੇ ਉਹ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਵੀ ਹੋਏ ਨੇ, ਇਤਿਹਾਸ ਕਹਿੰਦਾ ਹੈ। ਅਤੇ ਉਹਨਾਂ ਨੇ ਜਾ ਕੇ ਆਪਣਾ ਇੱਕ ਵਫਦ ਜਿਹੜਾ ਸੀ ਇੱਕ ਇਕੱਠੇ ਹੋ ਕੇ ਅਤੇ ਮੰਜਲਾਂ ਮਾਰਦੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੁੱਜੇ। ਉਹ ਸ਼ਹੀਦਾਂ ਦੇ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਤੇ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ ਜਿਹੜੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਜਦੋਂ ਗਲ ਵਿੱਚ ਪੱਲਾ ਪਾ ਕੇ ਮੂੰਹ ਵਿੱਚ ਘਾਹ ਲੈ ਕੇ ਬੇਨਤੀ ਕੀਤੀ ਅਤੇ ਸਤਿਗੁਰੂ ਸਾਹਿਬ ਜੀ ਨੇ ਦੀਵਾਨ ਸਜਾਇਆ ਸੀ, ਸੱਜੇ ਹੋਏ ਦੀਵਾਨ ਵਿੱਚ ਉਹਨਾਂ ਨੇ ਆਪਣੀ ਅਰਜੋਈ ਕੀਤੀ, ਆਪਣੀ ਬੇਨਤੀ ਰੱਖੀ, ਆਪਣਾ ਸਾਰਾ ਜਿਹੜਾ ਆਪਣੇ ਅੰਦਰ ਦੀ ਹਿਰਦੇ ਦੀ ਵਿਥਿਆ ਸੁਣਾਈ। ਅਤੇ ਉਸ ਵੇਲੇ ਕਹਿੰਦੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬੈਠੇ ਸਨ ਬਾਲ ਗੋਬਿੰਦ ਰਾਏ, 9 ਸਾਲ ਦੀ ਉਮਰ, ਅਤੇ ਗੁਰੂ ਕੀ ਸੰਗਤ ਉਹਨਾਂ ਨੇ ਕਿਹਾ ਕਿ ਪਿਤਾ ਜੀ ਇਹ ਕੀ ਕਹਿੰਦੇ ਨੇ, ਅਤੇ ਉਹਨਾਂ ਕਿਹਾ ਕਿ ਇਹਨਾਂ ਦੇ ਧਰਮ ਨੂੰ ਖਤਰਾ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਲਖਤੇ ਜਿਗਰ ਸਾਹਿਬੇ ਕਮਾਲ ਗੋਬਿੰਦ ਰਾਏ ਨੇ ਇਹ ਕਿਹਾ ਕਿ ਤੁਹਾਡੇ ਤੋਂ ਵੱਡਾ ਪਰਉਪਕਾਰੀ ਕੌਣ ਹੈ ਜੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਅਤੇ ਤੁਸੀਂ ਇਹਨਾਂ ਦਾ ਸਾਥ ਦਿਓ। ਸਤਿਗੁਰੂ ਸਾਹਿਬ ਜੀ ਨੇ ਕਿਹਾ ਜਾਓ ਜਾ ਕੇ ਔਰੰਗਜ਼ੇਬ ਨੂੰ ਮੇਰਾ ਮੈਸੇਜ ਦੇ ਦਿਓ, ਸੁਨੇਹਾ ਦੇ ਦਿਓ ਕਿ ਜੇ ਇਕੱਲਾ ਨੌਵੇਂ ਨਾਨਕ ਦੀ ਗੱਦੀ 'ਤੇ ਬੈਠਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿ ਇਸ ਧਰਮ ਦੇ ਵਿੱਚ ਆਉਣਾ ਪ੍ਰਵਾਨ ਕਰ ਲਵੇ। ਅਤੇ ਉਸ ਵੇਲੇ ਉਹਨਾਂ ਨੇ ਜਦੋਂ ਇਹ ਆ ਕੇ ਮੈਸੇਜ ਦਿੱਤਾ ਅਤੇ ਮੈਂ ਸਮਾਂ ਘਟਿਆ ਕਿ ਨੌਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋਈ, ਸਿੰਘਾਂ ਦੀ ਸ਼ਹਾਦਤ ਹੋਈ ਅਤੇ ਮੰਜਲਾਂ ਮਾਰਦਾ ਹੋਇਆ ਭਾਈ ਜੈਤਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜਾ। ਇੱਧਰ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਨਾਲ ਦੇ ਸਿੰਘਾਂ ਨੇ ਸਤਿਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਕਰਕੇ ਖੁਸ਼ੀਆਂ ਪ੍ਰਾਪਤ ਕਰ ਲਈਆਂ। ਅਤੇ ਉਸ ਵੇਲੇ ਜਦੋਂ ਸੀਸ ਪ੍ਰਾਪਤ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਤੇ ਨਾਲ ਹੀ ਗਲ ਨਾਲ ਲਾ ਕੇ ਕਿਹਾ ਕਿ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਅਤੇ ਪੁੱਛਿਆ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਉੱਥੇ ਕੋਈ ਸਿੰਘ ਹੈਗੇ ਸੀ ਕਿ ਨਹੀਂ ਹੈਗੇ। ਅਤੇ ਉਸ ਵੇਲੇ ਭਾਈ ਜੈਤਾ ਜੀ ਨੇ ਕਿਹਾ ਕਿ ਸਿੱਖ ਤਾਂ ਹੋਣਗੇ ਪਰ ਉਹਨਾਂ ਦੀ ਪਹਿਚਾਣ ਨਹੀਂ ਸੀ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਮੈਂ ਸੰਕਲਪ ਲਿਆ ਕਿ ਮੈਂ ਐਸਾ ਸਿੰਘ ਸਜਾਵਾਂਗਾ ਜਿਹੜਾ ਇੱਕ ਨਹੀਂ, 100 ਨਹੀਂ, 1,000,000,000 ਨਹੀਂ, ਕਰੋੜਾਂ ਦੇ ਵਿੱਚ ਵੀ 125,000,000 ਇੱਕ ਇਕੱਲਾ ਖੜਾ ਹੋਵੇਗਾ ਅਤੇ ਪਛਾਣਿਆ ਜਾਵੇਗਾ। ਉਹ ਖਾਲਸਾ 1699 ਦੀ ਵਿਸਾਖੀ ਵਾਲੇ ਦਿਨ ਸਜਾਇਆ, ਜਿਹਨੂੰ ਮਾਰਨ ਵਾਸਤੇ ਸਮੇਂ ਦੀ ਹਕੂਮਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਅੱਜ ਤੱਕ ਜਿਹੜਾ ਹੈ ਉਹਨਾਂ ਦੇ ਯਤਨ ਜਾਰੀ ਨੇ। ਪਰ ਉਹ ਵੀ ਕਦੇ ਸਮਾਂ ਆਇਆ ਸੀ ਜਦੋਂ ਕਹਿੰਦੇ ਸਾਰੇ ਸਿੰਘ ਮਾਰ ਮੁਕਾ ਦਿੱਤੇ ਆ ਅਤੇ ਇੱਕ ਅਖਾਣ ਬਣ ਗਿਆ ਸੀ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ। ਅਤੇ ਜਦੋਂ ਗੁਰੂ ਕੀ ਸੰਗਤ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹਮਲਾ ਕੀਤਾ ਗਿਆ, ਸਮੇਂ ਦੀ ਹਕੂਮਤ ਬੀਬੀ ਇੰਦਰਾ ਗਾਂਧੀ ਜਿਹੜੀ ਪ੍ਰਧਾਨ ਮੰਤਰੀ ਸੀ ਜਿਹਨੇ ਦੇਸ਼ ਦੀ ਰੱਖਿਆ ਕਰਨੀ ਸੀ, ਉਹਨੇ ਹੀ ਸਾਡੇ ਦੇਸ਼ ਦੀਆਂ ਜਿਹੜੀਆਂ ਫੌਜਾਂ ਸੀ, ਜਿਹੜੀਆਂ ਫੌਜਾਂ ਨੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣਾ ਸੀ, ਉਹਨਾਂ ਨੇ ਸਿੱਖਾਂ ਦੇ ਅਤੇ ਨਹੀਂ ਸਮੁੱਚੀ ਕੌਮ ਦੇ ਸੱਚੇ ਹਿਰਦਿਆਂ ਵਾਲੇ ਲੋਕਾਂ ਦੇ ਦਿਲਾਂ ਦੀ ਜਾਨ ਜਿਹੜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਚਾਰ ਚੁਫੇਰਿਓਂ ਘੇਰ ਕੇ ਤੋਪਾਂ ਟੈਂਕਾਂ ਅਤੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਆ ਬਿਲਕੁਲ ਸੰਗਤ ਜੀ, ਜਦ 1984 ਦਾ ਉਹ ਸਮਾਂ ਯਾਦ ਆਉਂਦਾ ਹੈ, ਹਰ ਦਿਲ ਹੀ ਕੁਰਲਾਉਂਦਾ, ਕਿਉਂਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਹ ਤਾਂ ਹੈ ਹੀ ਮਾਨਵਤਾ ਦਾ ਘਰ, ਗੁਰੂ ਸਾਹਿਬ ਜੀ ਨੇ ਸਾਰਿਆਂ ਦੇ ਵਾਸਤੇ ਦਰਵਾਜ਼ੇ ਖੁੱਲ੍ਹੇ ਰੱਖੇ, ਸਾਰੇ ਹੀ ਆਉਂਦੇ ਸੀ ਅਤੇ ਸਾਰੇ ਅੱਜ ਵੀ ਆ ਰਹੇ ਨੇ ਇਸ ਦਰ ਦੇ ਉੱਤੇ, ਨਤਮਸਤਕ ਹੋਣ, ਗੁਰੂ ਘਰ ਤੋਂ ਮੇਰਾ ਪ੍ਰਾਪਤ ਕਰ। ਪਰ ਇਹ ਵੀ ਕੋਈ ਐਸੀ ਤ੍ਰਾਸਦੀ ਕਹਿ ਲਈਏ ਇਤਿਹਾਸ ਦੇ ਵਿੱਚ ਕਿ ਸਮੇਂ ਸਮੇਂ 'ਤੇ ਕਈ ਹਕੂਮਤਾਂ ਨੇ ਟੱਕਰਾਂ ਲੈਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਆਪਾਂ ਅਬਦਾਲੀ ਦੇਖ ਲਈਏ ਅਤੇ ਚਾਹੇ ਮੱਸਾ ਰੰਗੜ ਵਰਗੇ ਜਿਹੜੇ ਕੁਕਰਮੀ ਲੋਕ ਸੀ, ਇਹਨਾਂ ਨੇ ਕੋਸ਼ਿਸ਼ਾਂ ਸਮੇਂ ਸਮੇਂ 'ਤੇ ਕੀਤੀਆਂ, ਪਰ ਸਮੇਂ ਸਮੇਂ 'ਤੇ ਪਾਪੀ ਕੋ ਦੰਡ ਦੀਏ ਹੋਏ। ਇਹ ਵੀ ਗੁਰੂ ਦੇ ਪਿਆਰਿਆਂ ਨੇ ਜਿਹੜਾ ਸੀਗਾ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਅਤੇ ਗੁਰੂ ਸਾਹਿਬ ਜੀ ਦੀ ਰਹਿਮਤ ਦੇ ਨਾਲ ਗੁਰਸਿੱਖ ਪਿਆਰੇ, ਕਿਉਂਕਿ ਮੀਰੀ ਅਤੇ ਪੀਰੀ ਦਾ ਜਿਹੜਾ ਸੰਕਲਪ ਹੈ, ਜਿਵੇਂ ਕਿ ਹੁਣੇ ਸਾਡੇ ਨਾਲ ਸਿੰਘ ਸਾਹਿਬ ਜੀ ਨੇ
ਸਾਂਝ ਪਾਈ ਕਿ ਗੁਰੂ ਅਰਜਨ ਸਾਹਿਬ ਨੇ ਹੀ ਬਖਸ਼ਿਸ਼ਾਂ ਕਰ ਦਿੱਤੀਆਂ ਸਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ। ਅਤੇ ਇਹ ਜਜ਼ਬਾ ਜਿਹੜਾ ਉਹ ਕਿ ਗੁਰੂ ਨਾਨਕ ਸਾਹਿਬ ਨੇ ਹੀ ਜਿਹੜਾ ਹੋਕਾ ਦਿੱਤਾ ਸੀ ਕਿ ਜੇ ਜਿਉਂਦੇ ਜੀ ਪੱਤ ਲੱਥ ਗਈ ਤਾਂ ਫਿਰ ਜੀਣ ਦਾ ਵੀ ਕੀ, ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਸੋ ਐਸੀ ਭਾਵਨਾ ਅਤੇ ਉਸ ਜਜ਼ਬੇ ਨੂੰ ਲੈ ਕੇ ਬਾਬਰ ਨੂੰ ਜ਼ਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਅਤੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੋਰ ਇਤਿਹਾਸ ਦੇ ਵਿੱਚ ਵਾਪਰੀਆਂ ਉਹਨਾਂ ਦਾ ਜ਼ਿਕਰ ਅਸੀਂ ਸਿੰਘ ਸਾਹਿਬ ਜੀ ਪਾਸੋਂ ਅੱਗੇ ਸਰਵਣ ਕਰਾਂਗੇ, ਕਿਉਂਕਿ ਅੱਜ 6 ਜਨਵਰੀ ਦਾ ਦਿਹਾੜਾ ਹੈ। ਉਹਨਾਂ ਸ਼ਹੀਦਾਂ ਨੂੰ ਵੀ ਨਮਨ ਕਰ ਰਹੀ ਹੈ ਕੌਮ, ਅਤੇ ਪ੍ਰੋਗਰਾਮ ਅੰਮ੍ਰਿਤਧਾਰਾ ਦੇ ਵਿੱਚ ਅਸੀਂ ਵੀ ਉਸ 'ਤੇ ਪ੍ਰਥਾਈ ਵਿਚਾਰਾਂ ਜਾਰੀ ਰੱਖਾਂਗੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ। ਮਨ ਪੀਵੇ ਸੁਣ ਸ਼ਬਦ ਵਿਚਾਰ ਚਿਮ ਚਿਮ ਬਰਸੈ ਅੰਮ੍ਰਿਤ ਧਾਰਾ।